ਐਮਐਲਏ ਸੰਤੋਖ ਸਿੰਘ ਭਲਾਈਪੁਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਜੀ ਨੂੰ ਬੇਨਤੀ ਕਰਨ ਜਾ ਰਿਹਾ ਹੈ ਕਿ ਜੋ ਕਰੋਨਾ ਨਾਮ ਦੀ ਬਿਮਾਰੀ ਚਾਈਨਾ ਤੋਂ ਸ਼ੁਰੂ ਹੋਈ ਔਰ ਯੂਰਪ ਦੇ ਵਿੱਚ ਇਸ ਬਿਮਾਰੀ ਨੇ ਬਹੁਤ ਵੱਡਾ ਨੁਕਸਾਨ ਕੀਤਾ, ਹੁਣ ਇਹ ਬਿਮਾਰੀ ਪੰਜਾਬ ਔਰ ਇੰਡੀਆ ਦੇ ਵਿੱਚ ਵੀ ਦਾਖਲ ਹੋਈ ਆ ਔਰ ਆਪਾਂ ਸਾਰਿਆਂ ਨੂੰ ਬੜਾ ਸੁਚੇਤ ਰਹਿਣਾ ਚਾਹੀਦਾ ਹੈ ਇਸ ਬਿਮਾਰੀ ਨੂੰ ਕਾਬੂ ਪਾਉਣ ਵਾਸਤੇ, ਜਿਸ ਤਰ੍ਹਾਂ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਟਾਈਮ ਨਾਲ ਇਹ ਫੈਸਲਾ ਲਿਆ ਹੈ ਕਿ ਇੱਕ ਜਿਹੜੇ ਲੋਕ ਸੜਕਾਂ 'ਤੇ ਨਾ ਉਤਰਨ, ਕਰਫਿਊ ਲਗਾਇਆ ਹੈ। ਆਪਾਂ ਨੂੰ ਇਸ ਜਿਹੜਾ ਵਾ ਇਸ ਜੋ ਫੈਸਲਾ ਵਾ ਇਹਦੀ ਜਿਹੜੀ ਆ ਇਹਦੇ 'ਤੇ ਆਪਾਂ ਨੂੰ ਨਿਰਦੇਸ਼ ਰਹਿਣਾ ਚਾਹੀਦਾ ਵਾ ਕਿਉਂਕਿ ਆਪਾਂ ਸਾਰੇ ਘਰਾਂ 'ਚ ਰਹੀਏ ਔਰ ਆਮ ਲੋਕਾਂ ਨੂੰ ਬਾਹਰ ਨਾ ਜਾਈਏ ਨਾ ਮਿਲੀਏ। ਸਾਨੂੰ ਪਤਾ ਹੈ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ, ਜਿਹੜਾ ਕਾਰੋਬਾਰੀ ਆਦਮੀ ਉਹਨੂੰ ਵੀ ਤੰਗੀ ਆਉਂਦੀ ਹੈ ਔਰ ਜਿਹੜਾ ਕਿ ਦਿਹਾੜੀਦਾਰ ਆਦਮੀ ਹੈ ਜਿਹਨੇ ਮਜ਼ਦੂਰੀ ਕਰਕੇ ਸ਼ਾਮ ਨੂੰ ਰੋਟੀ ਖਾਣੀ ਉਹਦਾ ਵੀ ਬੜਾ ਮੁਸ਼ਕਲ ਆ ਔਰ ਪੰਜਾਬ ਸਰਕਾਰ ਦਾ ਇਸ ਵੱਲ ਬਹੁਤ ਧਿਆਨ ਹੈ ਕਿ ਲੋਕਾਂ ਦੀ ਰੋਟੀ ਵਾਸਤੇ ਔਰ ਦਵਾਈ ਵਾਸਤੇ ਖਾਣ ਪੀਣ ਦੇ ਸਮਾਨ ਵਾਸਤੇ ਅਸੀਂ ਜਲਦੀ ਪ੍ਰਬੰਧ ਕਰ ਰਹੇ ਹਾਂ। ਸਾਡੀ ਸਰਕਾਰ ਇਸ ਬਾਰੇ ਚਿੰਤਤ ਹੈ ਔਰ ਅਸੀਂ ਵੀ ਆਪਣੇ ਤੌਰ 'ਤੇ, ਮੈਂ ਅਤੇ ਮੇਰੇ ਸਹਿਯੋਗੀ ਜਿਹੜੇ ਆ ਅਸੀਂ ਰਲ ਕੇ ਇਹ ਸਾਰਾ ਪ੍ਰਬੰਧ ਕਰ ਚੁੱਕੇ ਹਾਂ ਕਿ ਇਹ ਕੱਲ੍ਹ ਜਾਂ ਪਰਸੋਂ ਦੇ ਵਿੱਚ ਅਸੀਂ ਰਾਸ਼ਨ ਵੰਡਣਾ ਜਿਹੜਾ ਸ਼ੁਰੂ ਕਰ ਦੇਣਾ ਹੈ। ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਆ ਉਹਨਾਂ ਤੱਕ ਇਹ ਰਾਸ਼ਨ ਜਿਹੜਾ ਵਾ ਅਸੀਂ ਮੁਹੱਈਆ ਕਰਾਵਾਂਗੇ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆ ਔਰ ਡਟ ਕੇ ਤੁਸੀਂ ਜਿਹੜੇ ਆ ਸਾਡਾ ਸਾਰੇ ਸਾਥ ਦਿਓ। ਔਰ ਮੈਂ ਸਰਪੰਚਾਂ ਮੋਤਬਰਾਂ ਪੰਚਾਂ ਨੂੰ ਇੱਕ ਬੇਨਤੀ ਕਰਦਾ ਹੈ ਕਿ ਭੇਦਭਾਵ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਗਰੀਬ ਲੋਕਾਂ ਦੀ ਲਿਸਟ ਬਣਾਉਣ ਜਿਨ੍ਹਾਂ ਨੂੰ ਅੱਜ ਇਸ ਚੀਜ਼ ਦੀ ਲੋੜ ਆ, ਰਾਸ਼ਨ ਪਾਣੀ ਦੀ ਲੋੜ ਆ, ਉਹ ਲਿਸਟ ਜਿਹੜੀ ਮੈਨੂੰ ਮੁਹੱਈਆ ਕਰਾਓ ਔਰ ਜਲਦੀ ਅਸੀਂ ਇਹਨਾਂ ਦੇ ਤੱਕ ਜਿਹੜਾ ਵਾ ਰਾਸ਼ਨ ਜਿਹੜਾ ਵਾ ਪਹੁੰਚਾਵਾਂਗੇ। ਸਰਕਾਰ ਆਪਣੇ ਤੌਰ 'ਤੇ ਵੀ ਕਰ ਰਹੀ ਆ, ਅਸੀਂ ਆਪਣੇ ਤੌਰ 'ਤੇ ਕਰ ਰਹੇ ਹਾਂ। ਮੇਰੀ ਸਾਰਿਆਂ ਨੂੰ ਦੁਬਾਰੇ ਬੇਨਤੀ ਆ ਕਿ ਤਕੜੇ ਹੋ ਕੇ ਸਰਕਾਰ ਦਾ ਸਾਥ ਦੇ ਕੇ ਆਪਾਂ ਘਰਾਂ ਵਿੱਚ ਰਹਿ ਕੇ ਆਪਣਾ ਇਹ ਟਾਈਮ ਗੁਜ਼ਾਰੀਏ ਔਰ ਪਰਮਾਤਮਾ ਦਾ ਨਾਮ ਜਪੋ ਸਾਰੇ ਔਰ ਸਰਬੱਤ ਦੇ ਭਲੇ ਲਈ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ,